ਐਨਆਈਏ ਦੇ ਵੱਲੋਂ ਅੱਜ ਸਵੇਰ ਤੋਂ ਜਿੱਥੇ ਪੰਜਾਬ ਦੇ ਵਿੱਚ ਦਸਤਕ ਦਿੱਤੀ ਗਈ ਹੈ ਉੱਥੇ ਹੀ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਕਰੀਬੀਆਂ ਅਤੇ ਰਿਸ਼ਤੇਦਾਰਾਂ ਦੇ ਘਰ ਐਨਆਈਏ ਦੇ ਵੱਲੋਂ ਜਾ ਕੇ ਜਾਂਚ ਕੀਤੀ ਗਈ ਹੈ। ਪਹਿਲਾਂ ਜਿੱਥੇ ਖਬਰਾਂ ਸਾਹਮਣੇ ਆਈਆਂ ਸੀ ਕਿ ਅੰਮ੍ਰਿਤਪਾਲ ਸਿੰਘ ਦੇ ਕਰੀਬੀਆਂ ਦੇ ਨਾਲ ਨਾਲ ਜੋ ਰਿਸ਼ਤੇਦਾਰ ਚਾਚਾ ਨੇ ਉਹਨਾਂ ਦੇ ਪ੍ਰਗਟ ਸਿੰਘ ਉਹਨਾਂ ਦੇ ਘਰੇ ਵੀ ਜਾਂਚ ਕਰਨ ਦੇ ਲਈ ਐਨਆਈਏ ਦੀ ਟੀਮ ਪਹੁੰਚੀ ਹੈ। ਪਰ ਇਸੀ ਵਿਚਕਾਰ ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਐਨਆਈਏ ਦੀ ਟੀਮ ਅੰਮ੍ਰਿਤਪਾਲ ਸਿੰਘ ਦੇ ਜੋ ਜੀਜਾ ਨੇ ਉਹਨਾਂ ਦੇ ਘਰ ਵੀ ਟੀਮ ਜਾਂਚ ਦੇ ਲਈ ਪਹੁੰਚੀ ਸੀ। ਦੱਸ ਦਈਏ ਕਿ ਐਨਆਈਏ ਦੀ ਟੀਮ ਅਮਰਜੋਤ ਸਿੰਘ ਜੋ ਰਿਸ਼ਤੇਦਾਰੀ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਜੀਜਾ ਲੱਗਦੇ ਨੇ ਉਹਨਾਂ ਦੇ ਘਰ ਐਨਆਈਏ ਦੀ ਟੀਮ ਪਹੁੰਚਦੀ ਹੈ ਕਿ ਕਾਫੀ ਦੇਰ ਤੱਕ ਉਸਦੇ ਵੱਲੋਂ ਜਾਂਚ ਕੀਤੀ ਜਾਂਦੀ ਹੈ। ਹਾਲਾਂਕਿ ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਦੇ ਜੋ ਜੀਜਾ ਨੇ ਅਮਰਜੋਤ ਸਿੰਘ ਉਹ ਕੈਨੇਡਾ ਦੇ ਵਿੱਚ ਰਹਿੰਦੇ ਨੇ ਅੰਮ੍ਰਿਤਪਾਲ ਸਿੰਘ ਦੀ ਭੈਣ ਦੇ ਨਾਲ ਅਤੇ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੇ ਮਾਤਾ ਅਤੇ ਪਰਿਵਾਰਕ ਮੈਂਬਰ ਮੌਜੂਦ ਸੀ ਜਦੋਂ ਐਨਆਈਏ ਦੀ ਟੀਮ ਵੱਲੋਂ ਅੱਜ ਸਵੇਰੇ ਜਾਂਚ ਕੀਤੀ ਗਈ ਹੈ। ਤਾਂ ਦੱਸ ਦਈਏ ਕਿ ਪੰਜਾਬ ਦੇ ਵਿੱਚ ਐਨਆਈਏ ਦਾ ਅੱਜ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ। ਅੰਮ੍ਰਿਤਸਰ ਮੋਗਾ ਸਣੇ ਕਈ ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ। ਸਾਂਸਦ ਅੰਮ੍ਰਿਤਪਾਲ ਸਿੰਘ ਦੇ ਚਾਚਾ ਪ੍ਰਗਟ ਸਿੰਘ ਦੇ ਘਰ ਐਨਆਈਏ ਦੀ ਟੀਮ ਪਹੁੰਚੀ ਸੀ। ਤਾਂ ਇਸੀ ਵਿਚਕਾਰ ਹੁਣ ਕਿਹਾ ਜਾ ਰਿਹਾ ਕਿ ਉਹਨਾਂ ਦੇ ਜੀਜਾ ਜੀ ਦੇ ਘਰੇ ਵੀ ਇਹ ਟੀਮ ਪਹੁੰਚਦੀ ਹੈ ਅਤੇ ਹਰ ਇੱਕ ਐਂਗਲ ਤੋਂ ਜਾਂਚ ਕੀਤੀ ਜਾਂਦੀ ਹੈ। ਦੱਸ ਦਈਏ ਕਿ ਗੁਰਦਾਸਪੁਰ ਦੇ ਵਿੱਚ ਵੀ ਐਨਆਈਏ ਦੀ ਟੀਮ ਵੱਲੋਂ 3 ਪਿੰਡਾਂ 'ਚ ਛਾਪੇ ਮਾਰੇ ਗਏ। ਪਿੰਡ ਘੁਮਾਣ, ਮਚਰਾਵਾ ਅਤੇ ਭਾਮ ਦੇ ਵਿੱਚ ਦੱਸਿਆ ਜਾ ਰਿਹਾ ਕਿ ਐਨਆਈਏ ਦੀ ਟੀਮਾਂ ਦੇ ਵੱਲੋਂ ਛਾਪਾ ਮਾਰਿਆ ਗਿਆ। ਘੁਮਾਣ ਦੇ ਵਿੱਚ ਗੁਰਮੁਖ ਸਿੰਘ ਨਾਂ ਦੇ ਸ਼ਖਸ ਦੇ ਘਰ ਛਾਪਾ ਮਾਰਿਆ, ਤਾਂ ਭਾਮ ਦੇ ਵਿੱਚ ਲਖਵਿੰਦਰ ਕੌਰ ਦੇ ਘਰ ਐਨਆਈਏ ਦੀ ਟੀਮ ਪਹੁੰਚੀ ਸੀ। ਮੋਗਾ ਦੇ ਬਾਘਾ ਪੁਰਾਣਾ ਦੇ ਵਿੱਚ ਸਮਾਲਸਰ 'ਚ ਐਨਆਈਏ ਦੀ ਰੇਡ ਹੋਈ ਹੈ ਅਤੇ ਕਮਿਸ਼ਨਰ ਮੱਖਣ ਸਿੰਘ ਮੁਸਾਫਰ ਦੇ ਘਰ ਸਵੇਰ ਤੋਂ ਇਹ ਛਾਪੇਮਾਰੀ ਕੀਤੀ ਗਈ ਸੀ। ਚੀਜ਼ਾਂ ਜਿਹੜੀਆਂ ਹੈਗੀਆਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰ ਰਹੇ, ਜਿੱਥੇ ਕਿ ਹੁਣੇ ਹੁਣੇ ਐਨਆਈਏ ਦੀ ਰੇਡ ਜਿਹੜੀ ਹੈਗੀ ਆ ਉਹ ਹੋਈ ਹੈ। ਔਰ ਇਹ ਤਸਵੀਰਾਂ ਨੇ ਉਹ ਅੰਮ੍ਰਿਤਪਾਲ ਸਿੰਘ ਜੋ ਕਿ ਮੈਂਬਰ ਪਾਰਲੀਮੈਂਟ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ, ਉਹਨਾਂ ਦੇ ਘਰ ਤੋਂ ਸਿੱਧੀਆਂ ਜਿਹੜੀਆਂ ਹੈਗੀਆਂ ਸਾਂਝੀਆਂ ਕਰ ਰਹੇ ਹਾਂ। ਔਰ ਇਸ ਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਕਿ ਥੋੜ੍ਹੀ ਹੀ ਦੇਰ ਪਹਿਲਾਂ ਜਿਹੜਾ ਹੈਗਾ ਹੈ ਉਹ ਐਨਆਈਏ ਦੀ ਟੀਮ ਜਿਹੜੀ ਆ ਉਹ ਇੱਥੋਂ ਹੋ ਕੇ ਨਿਕਲੀ ਹੈ। ਔਰ ਹੁਣ ਦੀ ਜੇਕਰ ਗੱਲ ਕਰਾਂ ਤਾਂ ਜਾਂਚ ਏਜੰਸੀਆਂ ਦੇ ਜਾਣ ਤੋਂ ਬਾਅਦ ਜਿਹੜਾ ਹੈਗਾ ਘਰ ਦੀਆਂ ਤਸਵੀਰਾਂ ਕੀ ਨੇ, ਕੀ ਹਾਲਾਤ ਨੇ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਜਿਵੇਂ ਜਿਵੇਂ ਕਹਿ ਸਕਦੇ ਹਾਂ ਕਿ ਘਰ ਦੀ ਜੇਕਰ ਗੱਲ ਕਰੀਏ ਤਾਂ ਇੱਕ ਇੱਕ ਕਮਰੇ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ, ਜੋ ਜਾਂਚ ਏਜੰਸੀਆਂ ਨੇ ਉਹਨਾਂ ਨੂੰ ਕੀ ਕੁਛ ਬਰਾਮਦ ਹੋਇਆ ਹੈ, ਉਹ ਸਾਰਾ ਕੁਛ ਦਿਖਾਉਣ ਦੀ ਜਿਹੜੀ ਹੈਗੀ ਹੈ ਉਹ ਕੋਸ਼ਿਸ਼ ਕਰਾਂਗੇ। ਤਾਂ ਇਹ ਤਸਵੀਰਾਂ ਨੇ ਪ੍ਰਗਟ ਸਿੰਘ ਦੇ ਘਰ ਦੀਆਂ ਜਿਹੜੀਆਂ ਹੈਗੀਆਂ। ਹੁਣ ਜੇਕਰ ਗੱਲ ਕਰਾਂ ਤਾਂ ਇੱਧਰ ਤਸਵੀਰਾਂ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਾਂ, ਪਹਿਲਾਂ ਤਾਂ ਜੋ ਟੀਮ ਵੱਲੋਂ ਜਾਂਚ ਪੜਤਾਲ ਇੱਥੇ ਕੀਤੀ ਗਈ ਉਸਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਔਰ ਇਹ ਤਾਜ਼ਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਹੀ ਐਨਆਈਏ ਦੀ ਰੇਡ ਹੁੰਦੀ ਹੈ, ਸਮਾਨ ਜਿਹੜਾ ਹੈਗਾ ਉਹ ਘਰ ਦਾ ਜਿਹੜਾ ਹੈਗਾ ਵੱਖ ਵੱਖ ਜਗ੍ਹਾ ਬਿਖਰਿਆ ਹੋਇਆ ਹੈ। ਔਰ ਇਸ ਦੇ ਨਾਲ ਹੀ ਅਗਲੇ ਕਮਰੇ ਦੀਆਂ ਜੇਕਰ ਤਸਵੀਰਾਂ ਦੀ ਗੱਲ ਕਰਾਂ ਤਾਂ ਉੱਥੇ ਵੀ ਹਾਲਾਤ ਕੁਛ ਨੇ ਉਹ ਅਜਿਹੇ ਹੀ ਨੇ। ਜਾਂਚ ਏਜੰਸੀ ਵੱਲੋਂ ਜਿਹੜਾ ਹੈਗਾ ਇਸ ਘਰ ਦੀ ਜਿਹੜੀ ਜਾਂਚ ਪੜਤਾਲ ਕੀਤੀ ਗਈ ਹੈਗੀ ਹੈ। ਔਰ ਸਾਹਮਣੇ ਦੀਆਂ ਗੱਲ ਕਰਾਂ ਕਿਉਂਕਿ ਇਹ ਆਊਟਰ ਏਰੀਆ ਹੈਗਾ, ਇਸ ਦੇ ਨਾਲ ਹੀ ਇਸ ਤਰਫ ਦੀਆਂ ਤਸਵੀਰਾਂ ਦੇ ਵਿੱਚ ਪਾਸਪੋਰਟ ਨੇ, ਆਧਾਰ ਕਾਰਡ, ਕੁਛ ਹੋਰ ਦਸਤਾਵੇਜ਼ ਨੇ ਜਿਹੜੇ ਇਹਨਾਂ ਦੇ ਜਿਹੜੇ ਪਰਿਵਾਰਕ ਦਸਤਾਵੇਜ਼ ਨੇ ਉਹਨਾਂ ਨੂੰ ਜਾਂਚਿਆ ਗਿਆ ਸ਼ਾਇਦ। ਲੇਕਿਨ ਫਿਲਹਾਲ ਇਹ ਕਹਿ ਸਕਦੇ ਹਾਂ ਕਿ ਏਜੰਸੀ ਐਨਆਈਏ ਦੇ ਏਜੰਸੀ ਵੱਲੋਂ ਜੋ ਵੀ ਬਰਾਮਦਗੀ ਕੀਤੀ ਗਈ ਹੈ ਇਹ ਉਹਨਾਂ ਵੱਲੋਂ ਕੁਛ ਵੀ ਸਪਸ਼ਟ ਨਹੀਂ ਕੀਤਾ ਗਿਆ। ਜਦੋਂ ਟੀਮ ਵੱਲੋਂ ਇੱਥੋਂ ਵੱਖ ਵੱਖ ਕਹਿ ਸਕਦੇ ਹਾਂ ਕਿ ਵਿਅਕਤੀਆਂ ਨੂੰ ਲਿਜਾਇਆ ਗਿਆ ਹੈਗਾ, ਇੱਕ ਵਿਅਕਤੀ ਤੋਂ ਇਲਾਵਾ ਜਿਹੜਾ ਹੈਗਾ ਮੈਂਬਰ ਪਾਰਲੀਮੈਂਟ ਜਿਹੜੇ ਨੇ ਲੋਕ ਸਭਾ ਦੇ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਦੇ ਚਾਚਾ ਜਿਹੜੇ ਨੇ ਉਹ ਵੀ ਇੱਥੇ ਅੱਜ ਦਿਖਾਈ ਦਿੱਤੇ ਸੀਗੇ। ਔਰ ਅੱਜ ਦੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ DVR ਜਾਂ ਹੋਰ ਜੋ ਦਸਤਾਵੇਜ਼ ਨੇ ਉਹ ਬਿਲਕੁਲ ਜੀ। ਤਾਂ ਇਹ ਤਸਵੀਰਾਂ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਾਂਗੇ DVR ਜਾਂ ਹੋਰ ਜੋ ਵੀ। ਸੋ ਇਹਨਾਂ ਕਮਰਿਆਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਹੀ ਜਿਹੜਾ ਹੈਗਾ ਜਾਂਚ ਪੜਤਾਲ ਜਿਹੜੀ ਹੈਗੀ ਹੈ ਕਰਕੇ ਟੀਮ ਨਿਕਲੀ ਹੈਗੀ ਹੈ। ਇਸ ਦੇ ਨਾਲ ਹੀ ਇਹ ਬਾਹਰ ਬਾਲਕੜੀ ਦੀਆਂ ਤਸਵੀਰਾਂ ਨੇ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ
ਇਹ ਕੋਪਨ ਏਰੀਆ ਹੈਗਾ ਔਰ ਹੁਣ ਦੀਆਂ ਜਿਹੜੀਆਂ ਤਾਜ਼ਾ ਤਸਵੀਰਾਂ ਸੀਗੀਆਂ ਰਈਏ ਦੇ ਇਸ ਇਲਾਕੇ ਦੇ ਵਿੱਚ ਜਿਹੜਾ ਹੈਗਾ NIA ਵੱਲੋਂ ਕਹਿ ਸਕਦੇ ਹਾਂ ਰੇਡ ਕੀਤੀ ਗਈ। ਇਸ ਦੇ ਨਾਲ ਹੀ ਜਿਵੇਂ ਕਿ ਅੱਜ ਤੜਕੇ ਤੋਂ ਪੰਜਾਬ ਦੇ ਹੋਰਨਾਂ ਖੇਤਰਾਂ ਦੇ ਵਿੱਚ ਵੀ ਰੇਡ ਦੀਆਂ ਤਸਵੀਰਾਂ ਸਾਹਮਣੇ ਆ ਰਹੀ ਸੀ, ਤਾਂ ਅੱਜ ਇਸ ਜਗ੍ਹਾ ਦੀ ਜੇਕਰ ਗੱਲ ਕਰੀਏ ਤਾਂ ਉੱਥੇ ਰੇਡ ਤੋਂ ਬਾਅਦ 'ਚ ਕਿਸ ਤਰ੍ਹਾਂ ਦੇ ਮੌਕੇ ਦੇ ਹਾਲਾਤ ਨੇ, ਪਹਿਲੀਆਂ ਤਸਵੀਰਾਂ ਕਿਸ ਤਰ੍ਹਾਂ ਦੀਆਂ ਨੇ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਹੀ ਉਹਨਾਂ ਦੇ ਜਿਹੜੇ ਸਮਰਥਕ ਨੇ ਚਰਨਦੀਪ ਸਿੰਘ ਭਿੰਡਰ ਸਾਡੇ ਨਾਲ ਨੇ। ਭਿੰਡਰ ਸਾਹਿਬ, ਕਿੰਨੇ ਵਜੇ ਰੇਡ ਦੀ ਜਾਣਕਾਰੀ ਜਿਹੜੀ ਹੈਗੀ ਤੁਹਾਨੂੰ ਮਿਲੀ ਹੈ? ਇਹ ਰੇਡ ਦੀ ਜਾਣਕਾਰੀ ਸਾਨੂੰ ਕੋਈ 7 ਵਜੇ ਮਿਲੀ ਆ ਅਤੇ ਸਾਨੂੰ ਅਜਨਬੀ ਜਿਹੜੇ ਸੱਜਣ ਉਹਨਾਂ ਨੇ ਦੱਸਿਆ ਕਿ ਪ੍ਰਗਟ ਸਿੰਘ ਦੇ ਘਰ ਰੇਡ ਹੋ ਰਹੀ ਆ। ਆਪ ਭਾਈ ਪ੍ਰਗਟ ਸਿੰਘ ਘਰ ਨਹੀਂ ਸੀ ਹੈਗੇ, ਉਹਨਾਂ ਦੀ ਬੇਟੀ ਅਤੇ ਬੇਟਾ ਉਹਨਾਂ ਦੇ ਮਿਸਿਜ ਘਰ ਸੀਗੇ ਅਤੇ ਪ੍ਰਗਟ ਸਿੰਘ ਦੀ ਗਹਿਰ ਆ ਜਿਹਦੇ ਵਿੱਚ ਸਾਰਾ ਜਿਹੜਾ ਵਾ ਕੋਲਾ ਅਪਲਾਈ ਸਾਰੀ ਕੀਤੀ ਆ। ਮਤਲਬ ਪਤਾ ਲੱਗਾ ਕਿ ਦੱਸ ਰਿਹਾ ਕਿ 5 ਵਜੇ ਆ ਗਏ ਆ, ਸਾਨੂੰ 7 ਵਜੇ ਪਤਾ ਲੱਗਾ ਵਾ। ਅਤੇ ਇੱਥੋਂ ਤੱਕ DVR ਵੀ ਜਿਹੜੀ ਆ ਆਪਣੀ ਸੁਰੱਖਿਆ ਵਾਸਤੇ ਲਾਈ ਹੁੰਦੀ, ਆਪਣੇ ਕੈਮਰੇ ਲਾਏ ਹੁੰਦੇ, ਉਹ ਵੀ ਲਾ ਕੇ ਅਤੇ ਨਾਲ ਲੈ ਗਏ ਹੈਗੇ। ਅਤੇ ਹੁਣ ਜਿਹੜਾ ਹੈਗਾ ਪ੍ਰਗਟ ਸਿੰਘ ਖੁਦ ਕਿੱਥੇ ਸੀਗੇ? ਕਿਉਂਕਿ ਉਹਨਾਂ ਨੂੰ ਨਾਲ ਨਹੀਂ ਲਿਜਾਇਆ ਗਿਆ, ਤਸਵੀਰਾਂ ਦੇ ਵਿੱਚ ਸੁਖਚੈਨ ਸਿੰਘ ਦਿਖਾਈ ਦੇ ਰਹੇ ਨੇ ਜੋ ਕਿ ਅੰਮ੍ਰਿਤਪਾਲ ਸਿੰਘ ਦੇ ਚਾਚਾ ਹੀ ਨੇ, ਤਾਂ ਹੋਰ ਕੌਣ ਕੌਣ ਜਿਹੜਾ ਹੈਗਾ ਤੁਹਾਨੂੰ ਪਤਾ ਲੱਗਿਆ ਕਿ NIA ਦੀ ਟੀਮ ਵੱਲੋਂ ਨਾਲ ਲਿਜਾਇਆ ਗਿਆ ਇੱਥੋਂ? ਨਹੀਂ, ਪੁੱਛਗਿੱਛ ਵਾਸਤੇ ਨਾ ਆਪਣੇ ਜਿਹੜੇ ਭੈਣ ਜੀ ਹੈਗੇ ਆ ਭਾਈ ਪ੍ਰਗਟ ਸਿੰਘ ਦੇ ਘਰ ਦੇ, ਉਹਨਾਂ ਨੂੰ ਖੜਿਆ ਲੈ ਨਾਲ ਲੇਡੀਜ਼ ਪੁਲਿਸ ਲੈ ਕੇ ਗਏ ਇੱਥੇ ਬਿਆਸ ਤੱਕ ਅਤੇ ਭਾਈ ਸੁਖਚੈਨ ਸਿੰਘ ਜੀ ਨਾਲ ਗਏ ਆ ਜੀ ਪਰਿਵਾਰ ਵੱਲੋਂ, ਐਜ਼ ਏ ਪਰਿਵਾਰਕ ਮੈਂਬਰ ਗਏ ਹੈਗੇ। ਹਾਂ, ਸੁਖਚੈਨ ਸਿੰਘ ਜੀ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦੇ ਚਾਚਾ ਜੀ ਆ ਉਹ ਪਰਿਵਾਰਕ ਮੈਂਬਰ ਵੱਲੋਂ ਨਾਲ ਗਏ ਆ। ਠੀਕ ਹੈ, ਹਾਂ। ਅਤੇ ਹੋਰ ਕੋਈ ਇੱਥੋਂ ਕੁਛ ਹੁਣ ਤੱਕ ਟੀਮ ਵੱਲੋਂ ਕੁਛ ਦੱਸਿਆ ਗਿਆ ਹੋਵੇ, ਬਰਾਮਦਗੀ ਨੂੰ ਲੈ ਕੁਛ ਕਿਹਾ ਗਿਆ ਹੋਵੇ? ਕੁਛ ਨਹੀਂ ਹੋਈ ਬਰਾਮਦਗੀ, ਮਤਲਬ ਜਿਹੜੇ ਅੱਜ ਕੱਲ੍ਹ ਕਾਰੋਬਾਰ ਕਿੰਨਾ ਮੰਦਾ ਹੈਗਾ ਵਾ ਅਤੇ ਬਰਾਮਦਗੀ ਦੇ ਘਰੇ ਕੋਈ ਹੈਵੇ ਕੋਈ ਫੇਰ ਹੀ ਹੋਵੇ ਨਾ ਕੋਈ। ਕੀ ਕਾਰੋਬਾਰ ਹੈਗਾ ਸਹੀ ਦੇ ਵਿੱਚ ਇਹਨਾਂ ਦਾ? ਇਹਨਾਂ ਦਾ ਫਰਨੀਚਰ ਦਾ ਕਾਰੋਬਾਰ ਹੈ। ਕਿੰਨੇ ਚਿਰ ਤੋਂ ਕਰ ਰਹੇ ਨੇ? 5-6 ਸਾਲ ਤੋਂ, ਪਹਿਲਾਂ ਦੁਬਈ ਟਰੱਕ ਚਲਾਉਂਦੇ ਰਹੇ ਹੈਗੇ 10-12 ਸਾਲ, ਉਹ ਤੋਂ ਬਾਅਦ ਆਣ ਕੇ ਇਹਨਾਂ ਨੇ ਆਪਣਾ ਕਾਰੋਬਾਰ ਖੋਲਿਆ ਹੋਇਆ ਵਾ। ਦੂਜਾ ਆਪਣੇ ਕਾਰਪੈਂਟਰ ਰੱਖੇ ਆ, ਆਪਣਾ ਫਰਨੀਚਰ ਤਿਆਰ ਕਰਕੇ ਇਹਦੇ ਸੇਲ ਕਰਦੇ ਆ। ਠੀਕ ਹੈ, ਤਾਂ ਇਹ ਤਸਵੀਰਾਂ ਨੇ ਅੱਜ ਜਿਹੜੀਆਂ ਕਿ ਕਹਿ ਸਕਦੇ ਹਾਂ ਰਈਆ ਦੀਆਂ ਨੇ, ਜਿੱਥੇ ਕਿ NIA ਵੱਲੋਂ ਰੇਡ ਕੀਤੀ ਗਈ ਹੈ। ਹੋਰਨਾਂ ਕਿਸ ਕਿਸ ਜਗ੍ਹਾ ਦੇ ਉੱਤੇ ਰੇਡ ਹੈਗੀ ਹੈ ਔਰ ਹੋਰ ਕੀ ਕੀ ਜਾਣਕਾਰੀ ਇਸ ਦੇ ਵਿੱਚ ਸਾਹਮਣੇ ਆਉਂਦੀ ਹੈ, ਅਗਲੀ ਕਹਿ ਸਕਦੇ ਹਾਂ ਕਿ ਖਬਰ ਦੇ ਵਿੱਚ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰਦੇ ਹਾਂ।